ਪਿਆਰੇ ਸੱਜਣੋ, ਅੱਜ ਕਾਫੀ ਦਿਨਾਂ ਤੋਂ ਬਾਅਦ ਮੈਂ ਕਿਹਾ ਵੀ ਇੱਕ ਛੋਟੀ ਵੀਡੀਓ ਬਣਾਈਏ। ਇਸ ਵੇਲੇ ਮੌਸਮ ਵਿੱਚ ਕਾਫੀ ਫਰਕ ਪੈ ਰਿਹਾ ਅਤੇ ਬਰਫ਼ ਵੀ ਕਾਫੀ ਘੱਟ ਹੋਈ ਹੈ। ਜਿੱਦਾਂ ਜਿੱਦਾਂ ਧੁੱਪ ਚੜ੍ਹਦੀ ਹੈ ਬਰਫ਼ ਵੀ ਕਾਫੀ ਖੁਰਦੀ ਹੈ। ਇੱਧਰ ਸਾਹਮਣੇ ਦਰੱਖਤਾਂ ਦੇ ਥੋੜ੍ਹਾ ਅੱਗੇ ਕਰਕੇ ਝੀਲ ਹੈ। ਤਕਰੀਬਨ ਅਜੇ ਜੰਮੀ ਪਈ ਆ। ਇਹ ਸਾਹਮਣੇ ਪਹਾੜੀ ਹੈ ਅਤੇ ਪਹਾੜੀ ਦੇ ਨਾਲ ਲੋਕਾਂ ਨੇ ਆਪਣੇ ਆਪਣੇ ਘਰ ਬਣਾਏ ਆ। ਲੋਕੇਸ਼ਨ ਬਹੁਤ ਵਧੀਆ। ਮੌਸਮ ਕਾਫੀ ਠੀਕ ਹੋ ਰਿਹਾ ਕਿਉਂਕਿ ਅਪ੍ਰੈਲ ਮਹੀਨਾ ਇੱਥੇ ਕਨੇਡਾ ਦਾ ਛੋਟਾ ਜਿਹਾ ਕਸਬਾ ਫੋਰਟ ਕਪੈਲ, ਇੱਥੇ ਅਸੀਂ ਰਹਿਣ ਡੇ ਹਾਂ। ਦਰਖਤ ਬਹੁਤ ਜ਼ਿਆਦਾ ਆ ਆ ਘਰਾਂ ਦੇ ਵਿੱਚ ਵੀ। ਦੇਖੋ ਕਿੱਦਾਂ ਲੋਕਾਂ ਨੇ ਹਰਿਆਲੀ ਦਰਖਤ ਲਾਏ ਆ। ਮੈਂ ਰੋਡ 'ਤੇ ਸੈਰ ਕਰ ਰਿਹਾ, ਤੁਹਾਨੂੰ ਰੋਡ ਦੇ ਸਾਈਡਾਂ 'ਤੇ ਜੋ ਕੁਛ ਵੀ ਹੈ ਉਹ ਦਿਖਾ ਰਿਹਾ। ਕਾਫੀ ਘਣੇ ਦਰਖਤ ਨੇ ਇੱਥੇ। ਇੱਧਰ ਪੂਰੇ ਹੀ ਮਕਾਨ ਹੈ, ਬਹੁਤ ਸ਼ਾਨਦਾਰ ਮਕਾਨ ਹੈ, ਬਹੁਤ ਵਧੀਆ ਰੋਡ ਬਣੇ ਆ ਵਿੱਚ, ਬਹੁਤ ਸ਼ਾਨਦਾਰ। ਨਾਲ ਨਾਲ ਪਹਾੜੀ ਹੈ, ਪਹਾੜੀ ਦੇ ਨਾਲ ਨਾਲ ਹੀ ਲੋਕਾਂ ਦੇ ਮਕਾਨ ਬਣਾਏ ਆ। ਲੋਕੇਸ਼ਨ ਬਹੁਤ ਸ਼ਾਨਦਾਰ। ਇਸ ਵੇਲੇ ਮਾਈਨਸ 5 ਤਾਪਮਾਨ ਹੈ। ਅੱਜ ਕਾਫੀ ਦਿਨਾਂ ਬਾਅਦ ਸਵੇਰੇ ਸੈਰ ਕਰਨ ਮੈਂ ਨਿਕਲਿਆ ਕਿਉਂਕਿ ਪਹਿਲਾਂ ਤਾਪਮਾਨ ਬਹੁਤ ਜ਼ਿਆਦਾ ਸੀਗਾ, -23-24-25 ਸਵੇਰੇ, ਅੱਜ -5। ਮੈਂ ਕਿਹਾ ਥੋੜ੍ਹੀ ਸੈਰ ਕਰਕੇ ਆਈਏ। ਆ ਸਾਰੇ ਹੀ ਲੋਕਾਂ ਦੇ ਮਕਾਨ ਆ, ਬਹੁਤ ਸ਼ਾਨਦਾਰ ਮਕਾਨ ਬਣਾਏ ਆ ਇੱਥੇ। ਤਕਰੀਬਨ ਸਾਰੇ ਮਕਾਨ ਲੱਕੜ ਦੇ ਬਣੇ। ਬਸ ਮਕਾਨਾਂ ਦੀ ਛੱਤਾਂ ਤੋਂ ਬਰਫ਼ ਤਕਰੀਬਨ ਖੁਰ ਗਈ ਹੈ, ਥੋੜ੍ਹੀ ਥੋੜ੍ਹੀ ਰਹਿੰਦੀ ਅਜੇ ਵੀ, ਉਹ ਵੀ 10-15 ਦਿਨ ਦੇ ਵਿੱਚ ਵਿੱਚ ਕਲੀਅਰ ਹੋ ਜਾਣੀ ਸਾਰੀ। ਬਹੁਤ ਸ਼ਾਨਦਾਰ ਵਧੀਆ। ਇਹ ਮੇਨ ਰੋਡ ਹੈ ਜਿੱਥੇ ਮੈਂ ਚੱਲ ਰਿਹਾ। ਪਿਆਰੇ ਦੋਸਤੋ, ਜੇ ਵੀਡੀਓ
ਵਧੀਆ ਲੱਗੇ। ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰਨਾ। ਬਹੁਤ ਬਹੁਤ ਧੰਨਵਾਦ।